Under the guidance of Khanna Police, SP Harpreet Singh with the officers ran to flying march in different areas. While talking with the journalist Tejinder Singh Sandhu, SP Khanna said for the welfare of the society that people should sit in their houses and people who is roaming without any work should kept under a strict action. ਸਰ ਜਿਹੜਾ ਹੈ ਰੂਟ ਕੱਢਿਆ ਹੈ ਕਿਹੜੀ ਕਿਹੜੀ ਜਗ੍ਹਾ 'ਤੇ ਗਏ ਹੋ ਅਤੇ ਕੀ ਮੇਨ ਸੀ? ਅੱਜ ਜਿਹੜਾ ਫਲੈਗ ਮਾਰਚ ਆ ਉਹ ਖੰਨਾ ਸਿਟੀ ਦੇ ਵਿੱਚ ਕੀਤਾ ਸਾਰੀ ਦਿਨ ਅਤੇ ਲੋਕਾਂ ਨੂੰ ਜਾਗਰੂਕ ਵੀ ਕਰ ਰਹੇ ਹਾਂ ਕਿ ਵੀ ਘਰਾਂ 'ਚ ਰਹੋ ਕਿਉਂਕਿ ਸਾਰਿਆਂ ਨੂੰ ਰਾਸ਼ਨ ਵੀ ਅਸੀਂ ਘਰੋਂ ਘਰੀ ਦੇ ਰਹੇ ਹਾਂ, ਦਵਾਈਆਂ ਵੀ ਘਰੋਂ ਘਰੀ ਦੇ ਰਹੇ ਹਾਂ। ਤੁਸੀਂ ਗਰੋਸਰੀ ਸਟੋਰ ਵਾਲੇ ਦੇਖੇ ਹੋਣੇ ਆ ਵੀ ਉਹ ਲੋਕਾਂ ਤੋਂ ਫੋਨ 'ਤੇ ਆਪਣੀਆਂ ਆਈਟਮਾਂ ਨੋਟ ਕਰਕੇ ਉਹਨਾਂ ਦੇ ਘਰ ਸਪਲਾਈ ਕਰ ਰਹੇ ਆ। ਇਸ ਤੋਂ ਇਲਾਵਾ ਜਿਹੜੀਆਂ ਸੋਸ਼ਲ ਸੰਸਥਾਵਾਂ ਹੈਗੀਆਂ ਨੇ ਉਹ ਵੀ ਖਾਣਾ ਵੀ ਵੰਡ ਰਹੀਆਂ ਨੇ ਅਤੇ ਰਾਸ਼ਨ ਵੀ ਵੰਡਿਆ ਜਾ ਰਿਹਾ। ਸਾਡੇ ਜ਼ਿਲ੍ਹੇ ਦੇ ਵਿੱਚ ਤਕਰੀਬਨ ਐਵਰੇਜ ਅਸੀਂ 8,000 ਬੰਦਾ ਜਿਹੜਾ ਡੇਲੀ ਜਿਹਨੂੰ ਅਸੀਂ ਖਾਣਾ ਖਵਾ ਰਹੇ ਹਾਂ ਅਤੇ ਕਰੀਬ 1500 ਘਰ ਜਿਹੜਾ ਹੈਗਾ ਜਿਹਨਾਂ ਨੂੰ ਅਸੀਂ ਸੁੱਕਾ ਰਾਸ਼ਨ ਦੇ ਰਹੇ ਹਾਂ। ਅਤੇ ਸਰ ਜਿਹੜੇ ਕਰਫਿਊ ਦੀ ਉਲੰਘਣਾ ਕਰ ਰਹੇ ਉਹਨਾਂ ਲਈ ਕੀ ਪ੍ਰੋਵੀਜ਼ਨ? ਅਸੀਂ ਉਹਨਾਂ ਦੇ ਖਿਲਾਫ 188 ਦਾ ਪਰਚਾ ਦੇ ਰਹੇ ਹਾਂ। ਸਾਡੇ ਕਰੀਬ 38 ਪਰਚੇ ਦਰਜ ਹੋ ਗਏ ਆ ਅਤੇ ਅਸੀਂ ਡੇਲੀ ਯਾਨੀ ਕਿ ਕੋਈ ਜਿਹੜਾ ਕੋਈ ਬਿਨਾਂ ਵਜ੍ਹਾ ਜਿਹੜਾ ਘੁੰਮ ਰਿਹਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕਰ ਰਹੇ।